ਪੋਸਟ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਵਾਤਾਵਰਨ ਦੀ ਵਾਤਾਵਰਨ ਦੇ ਵਿੱਚ ਝੋਨੇ ਦੀ ਪਰਾਲੀ ਜੋ ਕਿ ਉਸ ਨੂੰ ਕਿਸਾਨ ਵੀਰ ਆਗ ਲਗਾ ਦਿੰਦੇ ਹਨ ਤੇ ਉਹ ਵਾਤਾਵਰਨ ਨੂੰ ਪ੍ਰਦੂਸ਼ਣ ਕਰ ਦਿੰਦਾ ਹੈ ਉਸੇ ਤਰ੍ਹਾਂ ਹੀ ਸਰਕਾਰਾਂ ਹਮੇਸ਼ਾ ਕਿਸਾਨ ਵੀਰਾਂ ਨੂੰ ਇਹ ਕਹਿੰਦੀਆਂ ਰਹਿੰਦੀਆਂ ਨੇ ਕਿ ਇਸ ਪਰਾਲੀ ਦਾ ਉਪਯੋਗ ਕਰੋ ਤਾਂ ਕਿ ਇਹ ਤੁਹਾਡੇ ਕੰਮ ਸਾ ਆ ਸਕੇ ਤੇ ਵਾਤਾਵਰਨ ਪ੍ਰਦੂਸ਼ਣ ਨਾ ਹੋਵੇ ਉਸੇ ਤਰ੍ਹਾਂ ਹੀ ਅੱਜ ਅਸੀਂ ਪਿੰਡ ਕਨੋਈ ਦੇ ਵਿੱਚ ਖੜੇ ਹਾਂ ਇੱਕ ਕਿਸਾਨ ਵੀਰ ਨਾਲ ਗੱਲ ਕਰ ਰਹੇ ਹਾਂ ਜੋ ਕਿ ਪਿਛਲੇ 10 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਹੀ ਆਪਣੀ ਕਣਕ ਦੀ ਫਸਲ ਬੀਜ ਰਿਹਾ ਹੈ ਗੱਲਬਾਤ ਕਰ ਲੈਣੇ ਆ ਤੁਹਾਡੇ ਸਾਹਮਣੇ ਹਾਜ਼ਰ ਨੇ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਗੁਰਿੰਦਰ ਸਿੰਘ ਗਿੱਲ son of ਸਰਦਾਰ ਸੁਕੰਦਰ ਸਿੰਘ ਗਿੱਲ ਪਿੰਡ ਕਨੋਈ ਤਹਿਸੀਲ ਤੇ ਜ਼ਿਲ੍ਹਾ ਸੰਗਰੂਰ ਅ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਚੈਨਲ ਤੇ ਅ ਅਸੀਂ ਜਾਣਨਾ ਚਾਹਾਂਗੇ ਵੀ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਬਿਨਾ ਅੱਗ ਲਗਾਏ ਜੋ ਫਸਲ ਬੀਜ ਰਹੇ ਹੋ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਮੈਨੂੰ ਤਾਂ ਵਧੀਆ ਲੱਗਦਾ ਮੈਂ 2014 ਤੋਂ ਆਪਣੇ ਖੇਤਾਂ ਦੇ ਵਿੱਚ ਬਿਨਾਂ ਅੱਗ ਲਾਏ ਖੇਤੀ ਕਰ ਰਿਹਾ ਹਾਂ ਅ ਇਸ ਤੋਂ ਪਹਿਲਾਂ ਮੈਂ ਕਣਕ ਦੇ ਨਾੜ ਨੂੰ 2009 ਤੋਂ ਅੱਗ ਬੰਦ ਕੀਤੀ ਸੀ ਤੇ 2014 ਦੇ ਵਿੱਚ ਆ ਕੇ ਮੈਂ ਪੀਏਯੂ ਲੁਧਿਆਣਾ ਤੇ ਕੇਬੀਕੇ ਖੇੜੀ ਸਾਡੇ 1.5 ਕਿਲੋਮੀਟਰ ਤੇ ਸੈਂਟਰ ਹੈ ਤੇ ਉਹਨਾਂ ਦੀ ਡਾਕਟਰ ਸਾਹਿਬ ਦੀ ਸੋਖਿਆਮਾਂ ਦੇ ਇੱਕ ਆਪਣੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਦੇ ਡਾਕਟਰ ਸੀਗੇ ਉਹ ਰਿਟਾਇਰ ਹੋਏ ਨੇ ਐਸੇ ਸਾਲ ਹੀ ਡਾਕਟਰ ਬੂਟਾ ਸਿੰਘ ਜੀ ਰਮਾਣਾ ਉਹਨਾਂ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਅਸੀਂ ਆਪਣੇ ਖੇਤਾਂ ਦੇ ਵਿੱਚ ਅੱਗ ਬੰਦ ਕੀਤੀ ਤੇ ਹੈਪੀ ਸੀਡਰ ਨਾਲ ਅਸੀਂ ਬਜਾਈ ਸ਼ੁਰੂ ਕੀਤੀ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਵੀ ਯਾਰ ਬਿਨਾਂ ਅੱਗ ਲਾਏ ਤੋਂ ਖਰਚਾ ਵੀ ਘਟਦਾ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਸਾਰਿਆਂ ਨਾਲੋਂ ਵੱਡੀ ਗੱਲ ਇੱਕ ਕਿਸਾਨ ਦੇ ਸੋਚਣ ਵਾਲੀ ਇਹ ਹੈਗੀ ਹੈ ਵੀ ਜੇ ਤੁਸੀਂ ਅੱਗ ਲਗਾ ਕੇ ਖੇਤੀ ਕਰਦੇ ਹਾਂ ਮਤਲਬ ਕਿ ਕਣਕ ਦੀ ਬਿਜਾਈ ਕਰਦੇ ਹਾਂ ਤਾਂ ਤੁਹਾਡਾ 1 ਏਕੜ ਤੇ 25 ਤੋਂ 30 ਲੀਟਰ ਡੀਜ਼ਲ ਖਪਤ ਹੁੰਦੀ ਹੈ ਲੱਗਦਾ ਹੈ ਟਰੈਕਟਰ ਦੇ ਠੀਕ ਹੈ ਜੇ ਤੁਸੀਂ ਬਿਨਾਂ ਅੱਗ ਲਗਾਏ ਤੋਂ ਮਤਲਬ ਕਿ ਦੀ ਝੋਨੇ ਦੀ ਕਟਾਈ ਕਰਕੇ ਸਿੱਧਾ ਹੈਪੀ ਸੀਡਰ ਨਾਲ ਬਿਜਾਈ ਕਰਦੇ ਹੋ ਤਾਂ ਤੁਹਾਡਾ 5 ਤੋਂ 6 ਲੀਟਰ ਡੀਜ਼ਲ ਲੱਗਦਾ ਹੈ ਚਾਹੇ ਤੁਸੀਂ ਸਮਾਰਟ ਸੀਡਰ ਨਾਲ ਬਿਜਾਈ ਕਰਦੇ ਹੋ ਚਾਹੇ ਤੁਸੀਂ ਹੈਪੀ ਸੀਡਰ ਨਾਲ ਕਰਦੇ ਹੋ ਆ ਜੇ ਤੁਸੀਂ ਸੁਪਰ ਸੀਡਰ ਨਾਲ ਕਰਦੇ ਹੋ ਤਾਂ ਉਹਦੇ ਤੇ ਥੋੜਾ ਬਹੁਤ ਤੇਲ ਦਾ ਖਰਚਾ ਹੋਰ ਵੱਜ ਜਾਂਦਾ ਹੈ ਔਰ ਮੈਂ ਤਾਂ ਕਹਿੰਨਾ ਮੈਂ ਤਾਂ ਹੱਕ ਦੇ ਵਿੱਚ ਹੀ ਇਸੇ ਦੇ ਵਿੱਚ ਹੀ ਹੈਗਾ ਵੀ ਪ੍ਰਾਲੀ ਨੂੰ ਆਪਣੇ ਖੇਤ ਚ ਰੱਖੋ ਠੀਕ ਹੈ ਕੋਈ ਬੇਲਿੰਗ ਦੀ ਜ਼ਰੂਰਤ ਨਹੀਂ ਤੁਸੀਂ ਖੇਤ ਦੇ ਵਿੱਚ ਮਲਚਿੰਗ ਕਰਕੇ ਹੈਪੀ ਸੀਡਰ ਨਾਲ ਬਜਾਈ ਕਰੋ ਸਮਾਰਟ ਸੀਡਰ ਨਾਲ ਬਜਾਈ ਕਰੋ ਤੁਹਾਡਾ ਖਰਚਾ ਵੀ ਵਧੂਗਾ ਸੌਰੀ ਘਟੂਗਾ ਤੇ ਦੂਸਰਾ ਤੁਹਾਨੂੰ ਉਹਦੇ ਰਿਜ਼ਲਟ ਵੀ ਬੈਟਰ ਮਿਲਣਗੇ ਕਿਉਂਕਿ ਜਦੋਂ ਹੁਣ ਆਪਾਂ ਆਪਣੇ ਖੇਤ ਚ ਖੜੇ ਆ ਠੀਕ ਹੈ ਇਹਨੂੰ ਪ੍ਰਾਲੀ ਨੂੰ ਇੱਕ ਸਾਈਡ ਤੇ ਕਰ ਲਓ 1 ਫੁੱਟ ਵਰਗ ਫੁੱਟ ਦੇ ਵਿੱਚੋਂ ਤੁਸੀਂ ਪ੍ਰਾਲੀ ਸਾਈਡ ਤੇ ਕਰ ਲਓ ਠੀਕ ਹੈ ਤੁਹਾਨੂੰ ਨੰਗੀ ਅੱਖ ਦੇ ਨਾਲ ਹੀ ਇਹਦੇ ਦੇ ਵਿੱਚ ਸੌਆਂ ਦੀ ਗਿਣਤੀ ਦੇ ਵਿੱਚ ਮਿੱਤਰ ਕੀਟ ਨੇ ਜਿਹੜੇ ਤੁਹਾਨੂੰ ਉਹ ਮਿਲਣਗੇ ਜਦੋਂ ਅਸੀਂ ਅੱਗ ਲਾ ਦਿੰਨੇ ਆ ਉਹ ਸਾਡੇ ਜਿਹੜੇ ਸਾਰੇ ਮਿੱਤਰ ਕੀੜੇ ਨੇ ਉਹ ਸੜ ਕੇ ਸੁਆਹ ਹੋ ਜਾਂਦੇ ਨੇ ਪਹਿਲੀ ਗੱਲ ਤਾਂ ਤੁਸੀਂ ਜੇ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦੇ ਤਾਂ ਤੁਹਾਡਾ ਲੈਣ ਦਾ ਵੀ ਅਧਿਕਾਰ ਨਹੀਂ ਕਿ ਤੁਸੀਂ ਕਿਉਂ ਕਿਸੇ ਦੀ ਜ਼ਿੰਦਗੀ ਨਾਲ ਖਲਬਾੜ ਕਰੋ ਠੀਕ ਹੈ ਇਹ ਬਾਕੀ ਇਹਦੇ ਵਿੱਚ ਕਾਰਬਨ ਮੈਟਰ ਇੰਨਾ ਕ ਮੱਲੜ ਜਿਹਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਚ ਉਹ ਇੰਨਾ ਕੁ ਵੱਜ ਜਾਂਦਾ ਸਾਡੇ ਖੇਤਾਂ ਦੇ ਵਿੱਚ ਹੁਣ ਪਸ਼ੂਆਂ ਦੀ ਪਿੰਡਾਂ ਦੇ ਵਿੱਚ ਗਿਣਤੀ ਘਟ ਗਈ ਅੱਗੇ ਤਾਂ ਜਿਹੜੇ ਸਾਡੇ ਬਜ਼ੁਰਗ ਸੀ ਉਹ ਰੂੜੀਦਾਰ ਇਹ ਪਾ ਕੇ ਉਹਦੀ ਜਿਹੜੀ ਘਾੜ ਸੀ ਉਹ ਪੂਰੀ ਕਰ ਲੈਂਦੇ ਸੀ ਹੁਣ ਪਸ਼ੂਆਂ ਦੀ ਗਿਣਤੀ ਘਟਣ ਕਰਕੇ ਰੂੜੀਦਾਰ ਇਹ ਮਿਲਦਾ ਨਹੀਂ ਤਾਂ ਅਸੀਂ ਇਸ ਚੀਜ਼ ਤੋਂ ਵੀ ਇੱਕ ਸੋਚਿਆ ਹੋਇਆ ਵੀ ਯਾਰ ਇਹਦੇ ਨਾਲ ਚਲੋ ਜਿਹੜੀ ਰੂੜੀ ਦੇ ਰੇ ਦੀ ਘਾਟ ਹੈ ਵੀ ਉਹ ਵੀ ਸਾਡੀ ਪੂਰੀ ਹੁੰਦੀ ਹੈ ਪਰ ਸਾਰੀ ਇੱਕ ਚੀਜ਼ ਹੋਰ ਵੀ ਆ ਜਿਵੇਂ ਤੁਸੀਂ ਇਹ ਸ਼ੁਰੂ ਕਰਿਆ 2014 ਦੇ ਵਿੱਚ ਤਾਂ ਤੁਹਾਨੂੰ ਕਿਸ ਟਾਈਮ ਫਰਕ ਲੱਗਣਾ ਮਹਿਸੂਸ ਹੋਇਆ ਵੀ ਤੁਹਾਡੀ ਇਸ ਖੇਤੀ ਕਰਨ ਨਾਲ ਤਾਨੂੰ ਬੈਨੇਫਿਟ ਹੋਣਾ ਸ਼ੁਰੂ ਹੋਇਆ ਵੀ ਜਿਵੇਂ ਕੀਟਨਾਸ ਦਵਾਈਆਂ ਹੋ ਗਈਆਂ ਜਾਂ ਪਾਣੀ ਘੱਟ ਲੱਗਣਾ ਬੈਨੇਫਿਟ ਤਾਂ ਮੈਨੂੰ ਤਾਂ ਪਹਿਲੇ ਸਾਲ ਤੋਂ ਹੀ ਲੱਗਿਆ ਮਹਿਸੂਸ ਹੋਇਆ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਵੀ ਬਜਾਈ ਦੇ ਵਿੱਚ ਹੀ ਮੇਰਾ ਡੀਜ਼ਲ ਦਾ ਖਰਚਾ ਘਟਿਆ ਠੀਕ ਹੈ ਠੀਕ ਹੈ ਮੇਰਾ 22500 ਦਾ ਤਾਂ ਮੇਰਾ 2000 ਦਾ ਹੀ ਮੰਨ ਲਓ ਵੀ 2000 ਦਾ ਤਾਂ ਉੱਥੇ ਮੈਨੂੰ ਫਰਕ ਮਹਿਸੂਸ ਹੋਇਆ ਵੀ ਮੇਰਾ ਡੀਜ਼ਲ ਖਰਚਾ ਘਟ ਗਿਆ ਠੀਕ ਹੈ ਦੂਜਾ ਉਹ ਤੋਂ ਅਗਲਾ ਸਟੈਪ ਸੀਗਾ ਵੀ ਸਾਡੇ ਖੇਤਾਂ ਦੇ ਵਿੱਚ ਜਦੋਂ ਇਹਦੀ ਮਲਚਿੰਗ ਹੋ ਕੇ ਲੇਅਰ ਬਣ ਗਈ ਇੱਕ ਤਹਿ ਬਣ ਜਾਂਦੀ ਹੈ ਪਰਾਲੀ ਦੀ ਉਦੇ ਹੀਟਾਂ ਤੋਂ ਗੁੱਲੀ ਡੰਡਾ ਨਿਕਲੇ ਨਹੀਂ ਪਉਂਦਾ ਠੀਕ ਹੈ ਉਹਦੀ ਸਪਰੇਅ ਕਰਨ ਦੀ ਲੋੜ ਨਹੀਂ ਪਈ ਮੇਰਾ ਉਹਦਾ ਸਪਰੇਆ ਦਾ ਖਰਚਾ ਬਚਿਆ ਤੀਜੇ ਨੰਬਰ ਦੇ ਮਾਰਚ ਦੇ ਮਹੀਨੇ ਜਦੋਂ ਕਈ ਵਾਰੀ ਇੱਕਦਮ ਟੈਂਪਰੇਚਰ ਵੱਧ ਜਾਂਦਾ ਹੈ ਮੌਸਮ ਜਦੋਂ ਤਬਦੀਲੀ ਆਉਂਦੀ ਹੈ ਨਾ ਇੱਕਦਮ ਟੈਂਪਰੇਚਰ ਵੱਧ ਜਾਂਦਾ ਜਿਹੜੀਆਂ ਬਾਹ ਕੇ ਕਣਕਾਂ ਬੀਜੀਆਂ ਹੁੰਦੀਆਂ ਨੇ ਉਹ ਮਤਲਬ ਕਿ ਵੀ ਉਹਦੀ ਮਾਰ ਹੀਟ ਆ ਜਾਂਦੀਆਂ ਨੇ ਉਹਦੇ ਤਾਪਮਾਨ ਵਧਣ ਦੇ ਠੀਕ ਹੈ ਤਾਪਮਾਨ ਦੇ ਮਾਰਚ ਆ ਜਾਂਦੀਆਂ ਨੇ ਜਿਹੜੀ ਇਹ ਕਣਕ ਆਪਾਂ ਮਲਚਿੰਗ ਕਰਕੇ ਬੀਜਦੇ ਆ ਇਹਨੂੰ ਐਂਡ ਤੱਕ ਉਲਤ ਨਮੀ ਬਰਕਰਾਰ ਰਹਿੰਦੀ ਹੈ ਮਿੱਟੀ ਦੇ ਵਿੱਚ ਲੇਅਰ ਹੋਣ ਕਰਕੇ ਪਰਾਲੀ ਦੀ ਤਾਂ ਉਹਦੇ 'ਚ ਕੋਈ ਮੰਨ ਲੇ ਝਾੜ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਝਾੜ ਘਟਦਾ ਨਹੀਂ ਬਲਕਿ ਝਾੜ ਵੱਧਦਾ ਹੀ ਆ ਸਰਕਾਰਾਂ ਕਿਸਾਨਾਂ ਤੋਂ ਬਹੁਤ ਉਮੀਦ ਰੱਖਦੀਆਂ ਹਨ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਵਾਤਾਵਰਨ ਪ੍ਰਦੂਸ਼ਣ ਨਾ ਹੋਵੇ ਕਿਉਂਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਕਿ ਤੁਹਾਨੂੰ ਕਿੱਥੇ ਕਿੱਥੇ ਸਨਮਾਨ ਕਰਿਆ ਪੁਰਸਕਾਰ ਵੀ ਮਿਲੇ ਹੋਣੇ ਕਿਉਂਕਿ ਤੁਸੀਂ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪੰਜਾਬ ਸਰਕਾਰ ਦੇ ਪੱਖ ਵੱਲ ਮੈਨੂੰ ਤਕਰੀਬਨ ਹਰ ਸਾਲ ਹੀ ਪੰਜਾਬ ਸਰਕਾਰ ਵੱਲੋਂ ਤਾਂ ਪ੍ਰਸ਼ਾਸਨ ਵੱਲੋਂ ਹਰ ਸਾਲ ਹੀ ਸਨਮਾਨਿਤ ਕੀਤਾ ਜਾਂਦਾ ਹੈ 2019 ਦੇ ਵਿੱਚ ਸਾਨੂੰ ਸੈਂਟਰ ਗਵਰਨਮੈਂਟ ਨੇ ਵੀ ਸਨਮਾਨਿਤ ਕੀਤਾ ਸੀ ਵਧੀਆ ਲੱਗਦਾ ਉਦੋਂ ਜਦੋਂ ਕੋਈ ਚੀਜ਼ ਮਿਲ ਲਗੇ ਵੀ ਤੁਸੀਂ ਕੋਈ ਕੰਮ ਕਰ ਰਹੇ ਹੋ ਉਹਨੂੰ ਤੁਹਾਡੇ ਕੋਲ ਆ ਕੇ ਕੋਈ ਪੰਜਾਬ ਸਰਕਾਰ ਜਾਂ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਸੈਂਟਰ ਗਵਰਨਮੈਂਟ ਸੋ ਉਹਨੂੰ ਐਪਰੀਸ਼ੀਏਟ ਕਰਦੀ ਹੈ ਉਹ ਤਾਂ ਦੇਖੋ ਕੁਦਰਤੀ ਹੈ ਵੀ ਵਧੀਆ ਤੁਹਾਨੂੰ ਲੱਗਣੇ ਲੱਗਣ ਦੋਸਤ ਮਿੱਤਰ ਫੈਮਲੀ ਚ ਆਉਣੇ ਜਦੋਂ ਤੁਸੀਂ ਸਨਮਾਨ ਲੈ ਕੇ ਆਉਨੇ ਹੋ ਕਿਸ ਤਰ੍ਹਾਂ ਦਾ ਲੱਗਦਾ ਵੀ ਫੈਮਲੀ ਦੇ ਵਿੱਚ ਰੌਣਕ ਹੋ ਜਾਂਦੀ ਆ ਦੋਸਤ ਮਿੱਤਰ ਤਾਂ ਵਧੀਆ ਹੀ ਕਹਿੰਦੇ ਆ ਵੀ ਯਾਰ ਦੋਸਤ ਮਿੱਤਰ ਸਾਡੇ ਨਾਲ ਹੀ ਲੱਗੇ ਹੋਏ ਆ ਦੋਸਤ ਮਿੱਤਰ ਵੀ ਮੇਰੇ ਤਕਰੀਬਨ ਤੁਸੀਂ ਐ ਮੰਨ ਲਓ ਵੀ ਜਿੰਨੇ ਮੇਰੇ ਦੋਸਤ ਐ ਕੋਈ ਵੀ ਅੱਗ ਨਹੀਂ ਲਾਉਂਦਾ ਇੱਕ ਟਾਈਮ ਇਹੋ ਜਿਹਾ ਸੀ ਸਾਡਾ 2018-19 ਦੇ ਵਿੱਚ ਜਦੋਂ ਆਮ ਲੜਾਈਆਂ ਹੁੰਦੀਆਂ ਸੀ ਵੀ ਨਹੀਂ ਅਸੀਂ ਅੱਗ ਲਾਵਾਂਗੇ ਮੇਰਾ ਪਿੰਡ ਇਹੋ ਜਿਹਾ ਸੀ ਵੀ ਸਾਡੇ 85% ਰਕਬਾ ਅਸੀਂ ਬਰਨਿੰਗ ਫ੍ਰੀ ਕਰ ਲਿਆ ਸੀ ਅਸੀਂ ਆਪਣਾ ਟਰੈਕਟਰ ਵੀ ਦਿੰਦੇ ਆਪਣਾ ਹੈਪੀ ਸੀਟਰ ਵੀ ਲੋਕਾਂ ਨੂੰ ਦਿੰਦੇ ਵੀ ਯਾਰ ਤੁਸੀਂ ਤੇਲ ਪਾ ਲਓ ਪਰ ਅਗ ਨਾ ਲਾਓ ਡੀਜ਼ਲ ਪਾ ਕੇ ਤੁਸੀਂ ਟਰੇ ਤੋਂ ਕੋਈ ਅਸੀਂ ਕਰਾਇਆ ਨਹੀਂ ਲੈਣਾ ਕੋਈ ਅਸੀਂ ਹੈਪੀ ਸੀਟਰ ਦਾ ਰੈਂਟ ਨਹੀਂ ਲੈਣਾ ਕੋਈ ਟਰੈਕਟਰ ਦਾ ਰੈਂਟ ਨਹੀਂ ਲੈਣਾ ਤੁਸੀਂ ਤੇਲ ਪਾ ਲਓ ਤੇਲ ਪਾ ਕੇ ਆਪਦੀ ਬਿਜਾਈ ਕਰ ਲਓ ਅਸੀਂ ਤਾਂ 85% ਤੱਕ ਰਕਬਾ ਲੈ ਗਏ ਸੀ ਪਰ ਮੁੜ ਕੇ ਜਿਹੜੀ ਸਾਡੇ ਤੋਂ ਅਗਲੀ ਪੰਚਾਇਤ ਆਈ ਉਹਨੇ ਨਹੀਂ ਧਿਆਨ ਦਿੱਤਾ ਉਹ ਆਪ ਅਗਲਾ ਗੀਜਦੇ ਆ ਉਹਨਾਂ ਨੇ ਕਿਸੇ ਨੂੰ ਕਹੀ ਨਹੀਂ ਕੀ ਲੱਗਦਾ ਹੁਣ ਵੀ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੀ ਆ ਕਿ ਹੈਪੀ ਸੀਟਰ ਜਾਂ ਜੋ ਵੀ ਤੁਹਾਡੀ ਕਣਕ ਦੀ ਬਿਜਾਈ ਕਰਦੀਆਂ ਮਸ਼ੀਨਾਂ ਨੇ ਉਹਨਾਂ ਤੇ ਸਬਸਿਡੀ ਦੇ ਰਹੀ ਆ ਸਬਸਿਡੀ ਤਾਂ ਦੋ ਤਰ੍ਹਾਂ ਦੀ ਮਿਲਦੀ ਹੈ ਸਬਸਿਡੀ ਇੱਕ ਤਾਂ ਸੀਆਰਐਮ ਉਹਦੇ ਦੀ ਮਿਲਦੀ ਹੈ ਮਤਲਬ ਕੇ ਸੈਂਟਰ ਗਵਰਨਮੈਂਟ ਦੇ ਰਹੀ ਹੈ 80% ਸਬਸਿਡੀ ਕਿਸਾਨ ਨੂੰ ਮਸ਼ੀਨ ਤੇ ਮਿਲਦੀ ਹੈ ਜਿਹੜੀ ਪੰਜਾਬ ਸਰਕਾਰ ਸਵੈਨ ਦੇ ਥਰੂ ਦਿੰਦੀ ਹੈ ਉਹਦੇ ਚ 50% ਸਬਸਿਡੀ ਮਿਲਦੀ ਹੈ ਪਰ ਮੈਂ ਤਾਂ ਇਹੀ ਕਿਸਾਨਾਂ ਨੂੰ ਵੀ ਅਪੀਲ ਕਰੂੰਗਾ ਬੇਨਤੀ ਕਰੂੰਗਾ ਵੀ ਯਾਰ ਜਦੋਂ ਆਪਾਂ ਨੂੰ ਸਰਕਾਰਾਂ 80-80% ਤੇ ਸਬਸਿਡੀ ਤੇ ਆਪਾਂ ਨੂੰ ਮਤਲਬ ਕੇ ਮਸ਼ੀਨਾਂ ਦਿੰਦੀ ਹੈ ਤਾਂ ਫਿਰ ਆਪਾਂ ਅੱਗ ਕਿਉਂ ਲਾਈਏ ਯੀ ਗਣਾ ਆਪਾਂ ਉਹਨਾਂ ਮਸ਼ੀਨਾਂ ਨੂੰ ਜਿਹੜੀਆਂ ਮਸ਼ੀਨਾਂ ਆਪਾਂ ਲਈਆਂ ਨੇ ਉਹਨਾਂ ਨੂੰ ਵਰਤੋਂ ਚ ਲੈ ਕੇ ਆਈਏ ਤੇ ਵਰਤੋਂ ਚ ਲੈ ਆ ਕੇ ਆਪਾਂ ਬਿਨਾਂ ਅੱਗ ਲਾਏ ਤੋਂ ਆਪਣੀ ਖੇਤੀ ਦੀ ਸ਼ੁਰੂਆਤ ਕਰੀਏ। ਹਾਂਜੀ ਇਹ ਸੰ ਸਾਡੇ ਨਾਲ ਕਿਸਾਨ ਆਗੂ ਕਨੋਈ ਤੋਂ ਜੋ ਕਿ ਬਹੁਤ ਵਧੀਆ ਸਨੇਹਾ ਦਿੱਤਾ ਹੈ ਕਿ ਜਦੋਂ ਸਰਕਾਰਾਂ ਆਪਾਂ ਨੂੰ ਸਬਸਿਡੀ ਤੇ ਮਸ਼ੀਨਾਂ ਦੰਦੀਆਂ ਹਨ ਤਾਂ ਅਸੀਂ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਕਿਉਂ ਲਗਾਈਏ? ਜੇ ਅਸੀਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਨੇ ਆ ਤਾਂ ਪਾਤਾਵਰਨ ਪਰਦੂਸਤ ਹੋ ਜਾਂਦਾ ਹੈ ਜਿਸ ਨਾਲ ਕਿ ਆਪਣੇ ਹੀ ਬੱਚੇ ਆਪਣੇ ਹੀ ਲੋਕ ਬਿਮਾਰ ਹੋ ਜਾਂਦੇ ਹਨ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਘਟਾ ਕੇ ਅੱਗ ਨਾ ਲਗਾ ਕੇ ਆਪਣੇ ਵਾਤਾਵਰਨ ਨੂੰ ਬਚਾ ਸਕਦੇ ਹੋ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮਹਰਪਾਲ ਸਿੰਘ ਕਬਦਾਨ ਸੰਗਰੂਰ